वार्ड नंबर 388 एवी दोवें टीमां रेडी रहन। इस तो उतरा मैच इंशाल्लाह दोवां टीमां दरम्यान होवेगा। वह भी दोवें टीमां जल्दी तैयारी करके ग्राउंड में निकलने की कोशिश करन। बड़ी मेहरबानी जनाब साडे ऑफिसर वीर जनाब इस वेले शमसी बरादरां का भरपूर शुक्रिया। बड़ी मेहरबानी सैयद आकब अली शमसी और इन्हां नाल सैयद हसनात रजा साहब सैयद रहमान रहीम रबे शराहले सदरी वाजा सिरले अमरे वाहले लुकदा तौ मिल लसाने यफका हो कौली रबे जिदने इलमा रबे जिदने इलमा रबे जिदने इलमा वतो इज्जो मन तशा वाय तो जिल्लो मन तशा वाय अद गल खैर इन्ना काला कुल्ले शाहिन कदीर बेली ओ बेली हर कोई आखे ते मैं भी आखा बेली पर उस वेले दा नहीं कोई बेली जदो जाने जान अकेली दुश्मन मरे ते खुशी ना करिए सजना भी मर जाना जिगर दे वेले गया मुहम्मद ओड़क नोट बजाना सुखिए दी गल सुखिया जाने दुखिए नू की खबरा सज्जन जिन्हां दे मौत ने मारे यारो तक तक रोंदे कबरा बस करो ना रोवो अखियो नहीं लभदा कुछ रोया ज्यूंदियां दे दुख मुकदे नहीं मुक जांदे ने मोया ऐ मेरे देश दे मालका ना आवे सारी इंतजाम जरा ग्राउंड विच करो इंतजामिया कमेटी वाले सुहेल जट और इमरान जट होने जिन्होंने स्टार मेरे वीरियो स्टार चैनल के उत्ते यह मैच दिखाना फेसबुक का यह पेज आ और यूट्यूब का चैनल आदि उत्ते जनाब यह लाइव टैलीकास्ट होएगा मैच। मैं इन्हों का भी शुक्रिया लो कैमरामैन वीर की बड़ी वड्डी सेवा कबड्डी के वास्ते बराए मेहरबानी इंशाल्लाह साड़ी इन्हों का भी शुक्रिया अदा करते हैं। अली शमसी साहब मखदूम जी मखदूम सैयद जामन अली शमसी साहब जी चार आराम दिल्ली से पहुंच चुके हैं। बहुत बड़ा सियासत विच इक दिन सोने साढ़े दूसरे मुख में कबड्डी दे मद्दी वाम कवाई बिना सियाल च रजाई बिना जित इस धरती की होगी मेरे वीर जिथे नशे मोदी बीमारी दूर करना असी ग्राउंड आबाद करने क्योंकि सियाने कहिंदे आ जिसानु मौका पईए ना कदे भी शिकायत दा कहना कदी मोड़िए ना पंचायत दा मापिया नु मौका दईए ना कदा चलिए अपनी टीम के खाते एक पॉइंट का वादा किया नौजवान ने चल भी सुनिया उतरी कबड्डी पाने मंडा इस वे हंधा उत्तर करके रब का नाम तहांदा शेर है पंजाब का इस वे सचावर जट कबड्डी पौधा चक नंबर 320 जीबे
ਤੋਬਾ ਤੇ ਇੱਕ ਕਬੱਡੀ ਮੁੰਡੇ ਦੀ ਸਾਹਮਣੇ ਦੇ ਚਾਰ ਜਾਫੀ ਇੱਕ ਬੰਨੇ ਰੂਫਾ ਡੋਗਰ ਨਾਲ ਭਾਲੂ ਗੁੱਜਰ ਲੈ ਡੋਗਰ ਨਾਲ ਟੱਕਰ ਹੋਈਏ ਬੜਾ ਟੌਪ ਦਾ ਜਾਫੀ ਹੈ ਪਰ ਨੰਬਰ ਸਜਾਵਲ ਜੱਟ ਦਾ ਨੰਬਰ ਕਬੱਡਰ ਦੇ ਖਾਤੇ ਆ ਜਨਾਬ ਸਾਡਾ ਵੀਰਾ ਹਰੇ ਕਬੱਡੀ ਪਾਏਗਾ ਨੌਜਵਾਨ ਫਿਰ ਕਬੱਡਰ 31 ਮਸਤਾਂ ਵੱਲੋਂ ਸੈਯਦ ਕਾਜ਼ਮ ਅਲੀ ਸ਼ਮਸੀ ਸਾਹਿਬ ਇਸ ਵੇਲੇ ਪੂਰਾ ਇੰਜੋਏ ਕਰ ਰਿਹਾ ਕਬੱਡੀ ਨੂੰ ਉਧਰੀ ਕਬੱਡੀ ਪਾਉਣ ਵਾਸਤੇ ਮੰਨਾ ਸਾਹਮਣੇ ਵਜਾਏ ਸਾਹਮਣੇ ਅਮੀਰ ਹਮਜ਼ਾ ਚੱਕ ਨੰਬਰ 216 ਜਲਾਲਾਬਾਦ ਨਾਲ ਖਾਵਰ ਆ ਲੱਗਾ ਹਮਜ਼ਾ ਜੱਟ ਜੀ ਜੀ ਪੁਆਇੰਟ ਕਬੱਡਰ ਦਾ ਅਗਲੀ ਕਬੱਡੀ ਪਾਏਗਾ ਨੌਜਵਾਨ ਕਬੱਡਰ ਇਸ ਵੇਲੇ ਵਸੀਮ ਭੱਟੀ 18 ਫਰਵਰੀ 2019 ਮੁੰਡਾ ਬੋਰੇ 70 ਦੇ ਟੂਰਨਾਮੈਂਟ ਦਾ ਬੈਸਟ ਕਬੱਡਰ ਹੋਇਆ ਅੱਜ ਤੋਂ 3 ਦਿਨ ਪਹਿਲਾਂ 519 ਟੋਪੇ ਬੜੀਆਂ ਟੌਪ ਦੀਆਂ ਕਬੱਡੀਆਂ ਪਾਈਆਂ ਔਰ ਇੱਧਰ ਬੰਨੇ ਵੇਖਣਾ ਪਵੇਗਾ ਇਸ ਵੇਲੇ ਕੀ ਗੱਲ ਬਣਦੀ ਏ ਸਾਹਮਣੇ ਜਾਫੀ ਲੱਗਾ ਨੌਜਵਾਨ ਇੱਕ ਵਾਰੀ 31 ਮਸਤਾਂ ਦਾ ਤੇ ਵਸੀਮ ਭੱਟੀ ਬਹੁਤ ਤਗੜਾ ਕਬੱਡਰ ਅਗਰ ਕਬੱਡੀ ਦੀ ਚਾਸ ਆਵੇ ਇੱਕ ਵਾਰੀ ਸਟੇਜ ਤੇ ਬੈਠੇ ਸਾਰੇ ਪੀਰਾਂ ਵਾਸਤੇ ਤਾਲੀ ਮਾਰੋ ਜ਼ੋਰਦਾਰ ਜੀ ਕਬੱਡੀ ਪੱਥਰਾਂ ਵਿੱਚ ਮੋਤੀ ਰੋਲਦਾ ਤੂੰ ਚੰਦ ਦੀ ਬੋਲੀ ਬੋਲਦਾ ਤੂੰ ਗਹਿਰਾ ਮੇਰੇ ਦੇਸ਼ ਦਾ ਝੰਬਰ ਤੂੰ ਇਸ ਖੇਡ ਦਾ ਪੰਜਾਬੀਆਂ ਦਾ ਤੂੰ ਮਾਣ ਹੈ ਇਸ ਖੇਡ ਦਾ ਤੂੰ ਸੁਲਤਾਨ ਹੈ ਭਾਲੂ ਗੁੱਜਰ ਆਏ ਹਾਂ ਨੰਬਰ ਸਜਾਵਲ ਜੱਟ ਦਾ ਚੌਰੀ ਅਲਾਉਦੀਨ ਸਾਹਿਬ ਭੱਠੇ ਵਾਲੇ ਚੱਕ ਨੰਬਰ 140 ਗਾਹਵੇ ਸੈਯਦ ਮਖਜ਼ੂਮ ਜ਼ਮਨ ਅਲੀ ਸ਼ਾਹ ਸਾਹਿਬ ਪੀਰ ਸੈਯਦ ਨਾਜ਼ਮ ਅਲੀ ਸ਼ਮਸੀ ਵੈਲਕਮ ਜਨਾਬ ਪੀਰ ਸੈਯਦ ਅਸ਼ਰਫ ਸ਼ਾਹ ਸਾਹਿਬ ਲੋ ਕਬੱਡੀ ਦੇ ਮੁੰਡਾ ਗਿਆ ਸਾਹਮਣੇ ਅਮੀਰ ਹਮਜ਼ਾ ਜੱਟ ਨਾਲ ਟੱਕਰ ਹੋਈਏ ਨੰਬਰ ਕਬੱਡਰ ਦੇ ਖਾਤੇ ਨੰਬਰ ਇਸ ਵੇਲੇ ਕਹਿੰਦੇ 31 ਮਸਤਾਂ ਦਾ 40 ਸੋਹਣਿਆ ਉਧਰੀ ਕਬੱਡੀ ਫਿਰ ਪਾਏਗਾ ਨੌਜਵਾਨ ਵਸੀਮ ਭੱਟੀ ਚੱਕ ਨੰਬਰ 478 ਗਿੱਦੜ ਪਿੰਡੀ ਸਮੁੰਦਰੀ ਜਿੱਥੇ ਪਾਕਿਸਤਾਨ ਦੇ 5 ਪਲੇਅਰ ਇੰਟਰਨੈਸ਼ਨਲ ਪੈਦਾ ਹੋਏ ਨੇ ਔਰ ਲੱਗਾ ਸਾਹਮਣੇ ਜਾਫੀ ਇਸ ਵੇਲੇ ਆਏ ਹੋਏ ਮੁੰਡਾ ਜੀ ਜੀ ਇਹ ਆਏ ਲੱਗ ਗਿਆ ਮੁੰਡਾ ਪੁਆਇੰਟ ਕਬੱਡਰ ਦਾ ਚੱਲ ਵੀ ਵਕਾਰ ਪਾਵੀ ਕਬੱਡੀ ਜੀ ਜਨਾਬ ਸ਼ਾਹ ਜੀ ਤਵੱਜੋ ਚੱਲ ਵੀ ਗੁਜਰਾ ਤੇਰੇ ਹਾਲ ਹਵਾਲੇ ਚੰਗੇ ਲੱਗਦੇ ਨੇ ਕਬੱਡੀ ਇਧਰ ਆ ਵੀ ਸੋਚੇ ਗੁਜਰਾ ਤੇਰੇ ਹਾਲ ਹਵਾਲੇ ਚੰਗੇ ਲੱਗਦੇ ਨੇ ਦਿਲ ਨੂੰ ਤੇਰੇ ਚਾਲੇ ਚੰਗੇ ਲੱਗਦੇ ਨੇ ਮੰਨਿਆ ਕਰਦਾ ਗਹਿਣਾ ਸਾਰੇ ਹੁੰਦੇ ਨੇ ਪਰ ਪੁੱਤਰ ਅੱਖਾਂ ਵਾਲੇ ਚੰਗੇ ਲੱਗਦੇ ਨੇ ਹਾਫੇ ਵਕਾਰ ਅਮੀਰ ਹਮਜ਼ਾ ਜੱਟ ਨੰਬਰ ਹਾਫੇ ਵਕਾਰ ਦਾ ਪੀਰ ਸੈਯਦ ਨਾਜ਼ਮ ਸ਼ਾਹ ਸਾਹਿਬ ਪੀਰ ਸੈਯਦ ਕਾਜ਼ਮ ਸ਼ਾਹ ਸਾਹਿਬ ਸੈਯਦ ਜ਼ਾਮਨ ਸ਼ਾਹ ਸਾਹਿਬ ਵੱਲੋਂ ਹਰ ਪ੍ਰੇਮ ਦੀ ਹੌਸਲਾ ਅਫਜ਼ਾਈ ਹਾਫੇ ਤੂੰ ਵੀ ਆ ਲੋ ਸਜਾਵਲ ਜੱਟ ਵੀ ਲੈ ਗਿਆ ਪੁਆਇੰਟ ਆਪਣੀ ਟੀਮ ਦੇ ਖਾਤੇ 1 ਪੁਆਇੰਟ ਦਾ ਵਾਅਦਾ ਕੀਤਾ ਮੁੰਡੇ ਨੇ ਚੱਲ ਵੀ ਸੋਹਣਿਆ ਉਤਰੀ ਕਬੱਡੀ ਫਿਰ ਪਾਇਆ ਹਾਫੇ ਮਨਵਰ ਮੰਜ ਦੀ ਕਬੱਡੀ ਹੈ ਸਾਹਮਣੇ ਚਾਰ ਜਾਫੀ ਚੱਕ ਨੰਬਰ 216 ਜਲਾਲਾਬਾਦ ਇਸ ਵੇਲੇ ਆ ਲੱਗਾ ਜੱਟ ਮਨਵਰ ਮੰਜ ਤੇ ਅਮੀਰ ਹਮਜ਼ਾ ਜੱਟ ਇੱਕ ਬੰਨੇ ਮੌਜ਼ਮ ਕਮੌਲਾ ਟਾਪ ਦਾ ਸ਼ਗਿਰਦ ਪਰ ਵੇਖਣਾ ਪਵੇਗਾ ਗੱਲ ਕੀ ਬਣਦੀ ਏ ਆਏ ਹਾਏ 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 ਜ਼ਿੰਦਾਬਾਦ ਨੰਬਰ ਮੰਜ ਦਾ ਨੰਬਰ ਮਨਵਰ ਇਧਰ ਆ ਵੀ ਪੀਰ ਨਾਜ਼ਮ ਸ਼ਾਹ ਸਾਹਿਬ ਪੀਰ ਕਾਜ਼ਮ ਸ਼ਾਹ ਸਾਹਿਬ ਪੀਰ ਜ਼ਾਮਨ ਸ਼ਾਹ ਸਾਹਿਬ ਇਸ ਵੇਲੇ ਸਾਡੇ ਸੈਯਦ ਬਰਾਦਰਾਂ ਹਰ ਪਲੇਅਰ ਦੀ ਹੌਸਲਾ ਅਫਜ਼ਾਈ ਕਬੱਡੀ ਦੇ ਅਗਲੇ ਵਾਰੇ ਤੇ ਕਬੱਡਰ ਦਾ ਨਾਮ ਹੈ ਵਸੀਮ ਭੱਟੀ ਦੋਨੇ ਸਮੁੰਦਰੀ ਦੇ ਕੋਈ ਤਾੜੀ ਮਾਰੋ ਇਹਨਾਂ ਵਾਸਤੇ ਜੀ ਇਸੇ ਇਲਾਕੇ ਦਾ ਫਖਰ ਹੈ ਆਏ ਹੈ ਕੁੱਤਾ ਡੋਗਰ ਰੂਫਾ ਡੋਗਰ ਤੇ ਨਾਲ ਵਸੀਮ ਭੱਟੀ ਭੱਟੀ ਨੇ ਸੋਹਣਾ ਪੁਆਇੰਟ ਕਲੀਅਰ ਕੀਤਾ ਅੱਜ ਦੇ ਸਾਡੇ ਮਹਿਮਾਨ ਨੇ ਮੌਸਮ ਜਨਾਬ ਪੀਰ ਸੈਯਦ ਹਸਨਾਸ ਸ਼ਾਹ ਸਾਹਿਬ ਪੀਰ ਆਤਮ ਹਸੈਨ ਸ਼ਮਸੀ ਪੀਰ ਸ਼ਹਿਰਯਾਰ ਸਾਹਿਬ ਵੈਲਕਮ ਜੀ ਖੁਸ਼ ਆਮਦੀਦ ਸੈਯਦ ਇਰਤਜ਼ਾ ਸਾਹਿਬ ਲੋ ਕਬੱਡੀ ਦੇ ਅਗਲੇ ਵਾਰ ਦੇ ਮੁੰਡਾ ਅਨਸਰ ਆ ਲੱਗਾ ਮੁੰਡਾ ਖਾਵਰ ਖਾਵਰ ਦੇ ਅਨਸਰ ਪੱਟ ਖਿੱਚਾ ਮੁੰਡੇ ਨੇ ਕੋਈ ਤਾੜੀ ਮਾਰਾ ਜ਼ੋਰਦਾਰ ਫਸ ਗਈ ਜਾਨ ਸ਼ਿਕੰਜੇ ਅੰਦਰ ਜੋ ਵੇਲਣੇ ਦੇ ਵਿੱਚ ਬੰਨਾ ਰਾਹ ਨੂੰ ਕੋਹਣ ਰਾਹ ਮੁਹੰਮਦ ਜੇ ਰਵੇ ਤੇ ਮੰਨਾ ਜੇ ਰਵੇ ਤੇ ਮੰਨਾ ਨੰਬਰ ਜਾਫੀਰਾ ਚੌਰੀ ਅਲਾਉਦੀਨ ਸਾਹਿਬ ਰਈਸ ਆਜ਼ਮ 140 ਗਾਵੇ ਗਰਾਊਂਡ ਆਮਦ ਵੈਲਕਮ ਜੀ ਖੁਸ਼ ਆਮਦੀਦ ਜ਼ਿੰਦਾ ਬਾਜਰਾ ਕਬੱਡੀ ਫਿਰ ਪਾਏਗਾ ਨੌਜਵਾਨ ਇਸ ਵੇਲੇ ਕਬੱਡਰ ਦਾ ਨਾਮ ਹੈ ਸਜਾਵਲ ਜੱਟ ਤੇ ਹਿਜਰਾ ਤੇਰੇ ਕੈਰ ਦੇ ਨਾਲ ਮੈਂ ਲੜਿਆ ਵਾਂ ਜ਼ਹਿਰ ਦੇ ਨਾਲ ਕੱਚੇ ਕੋਠੇ ਖਾ ਜਾਂਦਾ ਏ ਪਿੰਡ ਦੀ ਵਸਦੇ ਸ਼ਹਿਰ ਦੇ ਨਾਲ ਪਿੰਡ ਦੀ ਵਸਦੇ ਸ਼ਹਿਰ ਦੇ ਨਾਲ ਨੰਬਰ ਕਬੱਡਰ ਦਾ ਚਾਲੂ ਵਕਾਰ
गुजर फिर पाएगा कबड्डी। एहतशाम प्रदेशा के वीर दोस्त नौ वाले सूफी सुफियान साहब अली गुजर कबड्डी ने पूरा इंजॉय कर रहा है। समान कबो लोग आ गया जट आए हाय हाय ताली मारो यार मुंडे वास्ते इस वे सोना शहजादा जाफी लगा जे हमजा हाफिज वकार गुजर अमीर का बुक फड़िया बुक फंड बड़ा मशहूर है। ताली 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 मारो अपनी यार बिल्कुल आखिरी पलाज मुंडे ने पॉइंट लिया जे चौड़िया लाउद्दीन साहब पट्ठे वाले चक नंबर 140 गांव फिर कंजरा सैयद अशरफ शाह साहब पीर सैयद कासिम शाह साहब कबड्डर का नाम है वसीम पट्टी उस्ताद तारे गुजर का शिगिर्द सामने लो आए हाय आ लगा मुंडा डोगर डोगर पट्टी ओए होए होए नंबर हो गया वसीम पट्टी का। अगलिया टीम भाइयों तैयारी कर लो 213 और 388 दोनों टीम बराए मेहरबानी जल्दी तैयारी करके ग्राउंड निकलो कबड्डी पाएगा मुंडा मनवर पांच और आ गया सामने फिर मुंडा इस वे चक्कर नंबर 216 जलालाबाद कोयला रोड अड्डा खिद्रवाला जी ए और देखो जी जाफी वास्ते ताली मारो सोनी टक करने की कोशिश की थी लेकिन गल नहीं बनी नंबर जो होया कबड्डर के खाते। अगली कबड्डी फिर पाएगा मुंडा नौजवान लंबी पौड़ी के सीधे मोढ़े आते हिक्का तान के शेर जवान निकले जिन्हों अपने डंडा दे मान होवे ताके जांगिया विच मैदान निकले सजावल जट लै गया पैट सजावल जट वास्ते ताली मारे कारी जिंदाबाद जनाब पीर सैयद नाजम शाह साहब वालों 1000 रुपया मेरी हौसला अफजाई कल। अगली कबड्डी का मुंडा फिर गया नौजवान इस टाइम अंसर पई हुई कबड्डी मुंडे की सामने चार जाफी ए आओ वेखो लग गया मुंडा फिर जी लक भरन की पूरी कोशिश की थी लेकिन नंबर होया सही खाते पॉइंट कबड्डर का चौड़िया लाउद्दीन साहब पी सैयद काजम शाह साहब पी सैयद जामर शमसी साहब वेलनेस जिंदाबाद सैयद यावर शाह साहब सैयद अशरफ शाह कबड्डी उत्ते मुंडा वसीम पट्टी चल भी सोनिया ए आ लगा फिर डोगर रूफा डोगर वसीम पट्टी जियो भट्टिया अगर कबड्डी की चाह आए वसीम पट्टी वास्ते कोई जोरदार ताली मारो सोना कबड्डर है चाली बबर शेरा कब वसीम इधर आवे वसीम स्टेज के वीर अपना नाम लिया लो इस वे बहुत तगड़ा खेल रहा है वसीम पट्टी इस इलाके का टॉप का कबड्डर मनिया जाता है चल भी यात्रा पा ली कबड्डी पीर कासिम शाह साहब तेरी आवाज ही दसेगी राह मैनू बड़ी धूड़े चावा दे वग अगे सुजे पैर मजबूरी ने छालिया तो उतो इश्क ने आख्या लग अगे नंबर इस वे सजावल जट का नंबर कबड्डर के खाते चल भी सोनिया सजावल इधर आ भी सजावल जट भी अपना नाम लवे पीर कासिम शाह साहब इस वे हर प्लेयर की हौसला अफजाई पीर हसनाज साहब पीर शहरयार साहब वेलकम जनाब और देखो जी इस वे फिर लगा नौजवान लो जनाब सामने ना साडे मोहतरम इस वे हर प्लेयर की हौसला अफजाई जिंदाबाद जी सारी शमसी सरदार जनाब इन्होंने नाल आए हुए तमाम मेहमानों का इंतहाई शुक्रिया बड़ी मेहरबानी लोग कबड्डी के नौजवान एक बार फिर वसीम पट्टी जी जी पीर जी ये सौरा है पेका नहीं कले कले आओ सारे टब्बर का ठेका नहीं नंबर हो गया जनाब कबड्डर का भाजी ढोल बंद कर लो साउंड वाले कोई बंदा भाजी मैच तेल पाम पानी ना लावे अगर लाई साबित होगी तो मुखालिफ टीम पॉइंट मिलना है बाद च कोई बंदा त्राज ना करे बड़ी मेहरबानी जी लो मनवर मांझे अमीर हमदा जट जट दे मांझे जट दे मांझे कोई ताली मारो सुफने अंदर मैनू माही मिलिया ते मैं गल विच पा लिया बावा दादी मारी अख ना खोला किधरे फिर विछड़ा जावा सैयद इत्तेजा शमसी साहब कबड्डी की चास आ रही है जी जिंदाबाद जनाब सैयद हसन अला शमसी आए हाय हाय जटा तो हमजा दे स्टेज ते आ गई अज दे साडे साढ़े आज सैयद बरादरान हर प्लेयर की हर पॉइंट हौसला अफजाई कौडी बराबर हो गया कबड्डी की चस आवे तेरे ताड़ी मारो कल भी दोनों मैच बड़े टॉप दे हुए अज फिर पहला मैच ही बराबर है चढ़वी कबड्डी पाएगा मुंडा सजावल सजावल जट नहीं देश कोई पंजाब जिया कि होर ने जट ली यारी नहीं कौडी वर्गा खेल कोई मैं फिर लू दुनिया सारी
लो जनाब पी सैयद मुमताज शाह साहब पंजाब पुलिस और जनाब पी नसीरुद्दीन शाह साहब वेलकम जनाब इन्होंने नाल नाल पी सैयद इब्न हसन शाह आए हाय हाय हाफिज मुकार बजे रहे और आ गया सामने जाफी ताली मारे अपने जलालाबाद जाफी वास्ते जिंदाबाद दो पॉइंटा की लीड हासिल की है जलालाबाद टीम वास्ते एक बार भरपूर ताली जिंदाबाद जनाब चौधरी अलाउद्दीन साहब वेलकम जनाब जिंदाबाद उतरी कबड्डी के नौजवान फिर एक बार चल रहा है मुकाबला साढ़े आज के तमाम सैयद राजान पीर अतुल शाह साहब पीर नजमर हसन शाह साहब सैयद इब्न हसन शाह साहब सैयद नसीरुद्दीन शाह सैयद मुमताज शाह पंजाब पुलिस वाले वेलकम जी खुश आमदीद कबड्डी कबड्डी के अगले बारे पे इस वे वसीम पट्टी अगलिया टीम आ जाओ बड़ी मेहरबानी भाई टीम देखो जी वसीम पट्टी हो गया जी बबर शेरा सोना के खूबसूरत पॉइंट ने अपनी टीम के खाते और जनाब पीर सैयद कादम शाह साहब पीर सैयद जामन शाह साहब वाले 1500 रुपया मेरी हौसला सही लो रखना पड़ेगा डबल टच नंबर जाफी का जी 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 चार पॉइंट लीड हासिल की है इस टाइम मौसम कबूल टीम ने सैयद आकब रजा शमसी साहब वालों 500 रुपया अज की मेरी हौसला अफजाई इंतहाई शुक्रिया बड़ी मेहरबानी पीर जी तुम सुबह न चलती वाह वर्गे आँदी जाती साह वर्गे थोड़ू भुलीए तो भुलीए कि साढ़े पिंड में जाती राह वर्गे कबड्डी अगले बारे से फिर जी सजावड़ के समय लगा रूफा टोकर पीर कालू शाह वालों 1000 रुपया कल और 1000 रुपया अज भी वेलकम जनाब जिंदाबाद कबड्डी फिर पाएगा नौजवान लो जी कुछ कुछ रंगिया तस्वीर वर्गे होंगे ने सज्जन भी तकदीर वर्गे होंगे ने जेड़े जग के बहुते हासे बढ़ते ने और अंदरों पार्टियां लीर वर्गे होंगे ने हमजा जट लगा है वकार गुजर ने पॉइंट क्लीयर किया उतरिया टीम दोनों आज 213 छानी गुजर वीर जी तैयारी शुरू करो बड़ी मेहरबानी और 388 दोनों टीम वीर जी तैयारी करो जल्दी ग्राउंड आओ कबड्डी के अगले बारे से फिर एक बार मैं देखा जी पीर नादम शाह साहब मिट्टी खाड़े की मल से गोद खाड़ा है औखा नजारा से ता की है सुकी रोटी का जोर समान अल्लाह घर नहीं है लियारा से ता की है हया वाले का टिल खुदा हुंदा शुद्ध नहीं सुधारा से ता की है आंदी होवे जे खुशकी की वंड साकी अगो होवे भी जहारा से ता की है अगो होवे भी जहारा से ता की है चौरी अलाउद्दीन साहब पट्ठे वाले चक नंबर 140 गावे वेलकम जी जिंदाबाद 40 विच भी दो साडे बब्बर शेर प्लेयर इंटरनेशनल होए ने शहरी और अपना यासीन 40 बब्बर शेर अपना भी कबड्डी एशियन स्टाइल कबड्डी इंटरनेशनल प्लेयर होए ने 40 सोनिया कबड्डी का मुंडा फिर और लग गया हसन भालू गुजर ओए होए इतनी लागे टच मारिया तो फिर पॉइंट कबड्डर के खाते 40 सोनिया सैयद मुमताज शाह साहब पंजाब पुलिस पीर नसीरुद्दीन शाह साहब और जनाब सैयद इब्न हसन शाह सैयद अतर शाह सैयद नजमर हसन शाह साहब वेलकम जनाब खुश आमदीद सैयद नाजम शाह वालों आज तमाम मेहमानों के कोई फिर वेलकम जी उधर वेखनी पेगी पॉइंट कबड्डर का शानी तेरा भाजी स्टेज आओ काशम गुजर बुला रहे जी साढ़े वीर इधर आ गए कबड्डर अपना नाम लो स्टेज तो आ गए आया आया भज के बबर शेरा शानी वास्ते नाम है जनाब अपना शानी जी स्टेज पर रब्ता करो काशम गुजर ना रब्ता करो आके लो कबड्डी फिर पाएगा नौजवान एक बारी कबड्डर का नाम है वसीम पट्टी लो भालू गुजर है एक बने गुजर एक बने पट्टी एक बने उस्ताद तारे गुजर का हीरा शिगर 478 की धरती वसीम लै गया पॉइंट अपनी टीम के खाते भी सही नाजम शाह साहब वालों 1000 रुपया नासिर हौसला अफजाई और जनाब पीर आकब शाह साहब वालों 500 रुपया पीर हसनाज शाह शमसी सैयद शहरयार साहब इस वे कबड्डी ने पूरा इंजॉय करते हुए नंबर कबड्डर के खाते उतरिया टीमां छानी जल्दी तैयारी करो यार चली सोनिया के रुखा लूणा जो भी सरदा वेला कदे उधार नहीं करता वेले ना जे विथा पईया फोटो बंदी टंगिया रहीया सबना दी तकदीर वेला राठा दी जगीर वेला पौंदा है जद पट्टी किधरे करदा लीरो लीर वेला वड्डी पगदा मान करीना पग्गा छड़दा चीर सैयद जामन शाह साहब सैयद कादम शाह साहब वालों भी अज भी 2000 रुपया मेरी हौसला अफजाई ਲਾਇਆ 216 ਦੇ ਪੁਆਇੰਟ 23 ਔਰ 31 ਮਸਾ ਦੇ ਪੁਆਇੰਟ 18 23 ਪੁਆਇੰਟ 16 ਦੇ ਸਾਡੇ ਵੀਰ ਭਾਈ ਅਬਦੁਲ ਵਹੀ ਸਾਹਿਬ ਆਉਣਗੇ ਔਰ ਇਨਸ਼ਾਅੱਲਾ ਇਸ ਹਾਵਤ ਉਹਨਾਂ ਆਪਣੇ ਵਿਚਾਰ ਸਾਂਝੇ ਕਰਨਗੇ ਚੌਰੀ ਲਾਉਦੀਨ ਸਾਹਿਬ ਜ਼ਿੰਦਾਬਾਦ ਜਨਾਬ ਬੜੀ ਮਿਹਰਬਾਨੀ ਸ਼ੁਕਰੀਆ ਜੀ ਸ਼ੁਕਰੀਆ ਜੀ ਸ਼ੁਕਰੀਆ ਜੀ ਸ਼ੁਕਰੀਆ ਜੀ ਸ਼ੁਕਰੀਆ ਜੀ ਖੇਡ ਦੇ
इंशाल्लाह ये मुकाबला देखा जाना जे को मुनासिब साडा वीर स्कोर समझदा ते सानू स्कोर दस्या ये अनाउंस कर दिए जिन्हें भी साडे सईद बरादरान साहब बैठे रहने वास्ते भरपूर ताड़ी मार दियो उस तो बाद फिर इंशाल्लाह ये पूरे मैच विच प्लेयरां दा जिक्र होंदा रहिंदा ये जनाब ताड़ी नहीं बची ताड़ी नाल खियानत होई आ जिन्हें ताड़ी ना मारी अल्लाह करे उन्हें सुते पिया खुरक पै जाए जी 4000 रुपया मेरे वास्ते भी जनाब मुहब्बत होई आ बहुत मेहरबानी कोई जीना लगे तेला सोनी नगदी खेड कबड्डी सोना जगदा मेला ओ जफर जवानी सब तो चंगी लगदी भैड़ा शेकड़ बेला ना अगली कबड्डी दे उते मुंडा इस वे खेड मैदान दे विच मोठ पुछ फुट कबरू जवान मेरे मेरे कत्ती चक दे वलों पर मूरे भी इस वे खला बदल कहिंदा पुत्तर छड़ दे जरा सद गया खा लिया जिड़ा सोना तेरा स्टाइल आ जिड़ा मेरा करदा मुंह जुमा पर रंग काला कोई गल खाला बदल बहुत सोना नौजवान प्लेयर अगलिया टीम बराए मेहरबानी अगलिया टीम बराए मेहरबानी मैदान दे विच पहुंच जाए 213 बाब काबला 288 सॉरी 388 है जी एक सौ दी सीरियल होर बढ़ गई है 388 और जनाब बराए मेहरबानी दूजी टीम भी आ जी ਲਾਓ ਉੱਧਰ ਇਸ ਵੇਲੇ ਤਕੜਾ ਮੁਕਾਬਲਾ ਹਾਂਜੀ ਪਤਰਾ ਕਹਿੰਦੇ ਸਫ਼ਰ ਵਾਸਤੇ ਗੱਡੀ ਚੰਗੀ ਰੇਲ ਹੁੰਦੀ ਆ ਰੂਫਾ ਜੀ 500 ਰੁਪਇਆ ਆ ਕੇ ਆਪਣਾ ਸਟੇਜ ਦੇ ਲੋ ਹਾਂਜੀ ਜਨਾਬ ਇਸ ਤੇ ਮੈਂ ਪੀ ਸਈਦ ਕਾਜ਼ਮ ਅਲੀ ਸ਼ਾਹ ਸਾਹਿਬ ਉਹਨਾਂ ਵੱਲੋਂ 500 ਰੁਪਇਆ ਜਾਫੀ ਆ ਕੇ ਲਵੇ ਸਟੇਜ ਦੇ ਉੱਤੋਂ ਆ ਪਾਉਣਾ ਤੇਰੇ ਨਾਲ ਇੱਕ ਸੈਲਫੀ ਵੀ ਬਣਾਉਣੀ ਹੈ ਇੱਦਾਂ ਮਜ਼ਾ ਨਹੀਂ ਆਉਣਾ ਸਟੇਜ ਤੇ ਆ ਦੌੜ ਕੇ लो अगली कबड्डी पाउण वास्ते हां जी नौजवान दे खाते पॉइंट जुड़दा लो अगली कबड्डी पाउण वास्ते चल वे सोनिया हां जी आ जे पैसे ते 500 रुपया मिल गया जी पी सैयद काजम अली शाह साहब जनाब 5-500 और 1-1000 रुपए दे नाल इस वेले प्लेयरां दी हौसला अफजाई कर रहे ने सदके जावा लो कबड्डी दे उत्ते सजावला पूरे चार जाफियां दे विचों कन्नी वाले नाल टक्कर होई आ 30 सेकंड दा समां इस वेले हत्थां दे विच मेरे वीरो चलदा होया पॉइंट कबड्डर दा चल भी बबर शेरा लो अगली कबड्डी दे उत्ते नौजवान छांड में जे शरीर दा गबरू आ देखदे आ इस वेले नौजवान ने बांह फड़ी आ कहिंदा गुट मेरा घुट के फड़ लई वे ओ मैं भी तेरी बांह भी तेरी काली भूरी पछी वाली ओ सज्जर सोई गां भी तेरी गुट मेरा घुट के फड़ लई वे मैं भी तेरी बांह भी तेरी पतरा तुम्हें से दे आया हां जी साडे इस वेले जिन्ने भी पीर साहिबान साहब बैठे ने उन्हां वल्लों वड्डे नोटां दे नाल इनामात दित्ते जा रहे आ मैं शुक्रिया अदा करदा अज जनाब साडे मखदूम सैयद काशिफ नत्तर आला और जिथे परली साइड दे प्लेयर किट कर रहे उथे किट करे जाके काशिफ नत्तर आला परली साइड दे जनाब प्लेयर किट करन दे जाके किट कर ले लो जनाब साडे मुख मेहमान जनाब इस्तेमाब मखदूम सैयद अशरफ अली शमसी साहब मखदूम सैयद काजम अली शमसी साहब इस वेले पूरा नजारा तक दे एक एक कबड्डी दा पूरा लुत्फ अंदोज होंदे होए कबड्डी तो देखना इस चलते हुए मुकाबले दा मेरे वीरो किते उड़दे पंछी भी नजारा तक दे आ और सूरज किते पतलां दे विचों झाती मार मार वेखदा जे साडे इस वेले जनाब अपने दौर दे बहुत ही मानदार क्रिकेटर साडा वीर ममताज साहब हाँ जी सैयद ममताज अली साहब इस वेले जनाब जिन्हां दा तल्लुक पंजाब पुलिस दे नाल आ ऑलराउंडर दी हसीयत दे नाल हमेशा ही क्रिकेट खेली और इन्हां दे जनाब लगियां होईयां बाउंडरियां अज भी दिलां दे विच क्रिकेट शौकीनां दे वसदियां मैं शुक्रिया अदा करदा जे सैयद ममताज हुसैन शाह साहब ਉਹਨਾਂ ਵੱਲੋਂ ਵੀ 1000 ਰੁਪਇਆ ਸਾਡੇ ਵਾਸਤੇ ਪਹੁੰਚਿਆ ਬਹੁਤ ਮਿਹਰਬਾਨੀ ਲਓ ਜੀ ਇਹ ਬੜੇ ਮਾਣ ਵਾਲੀ ਗੱਲ ਆ ਪੁਲਸਾਂ ਪੈਸੇ ਦੇਣ ਦੀਆਂ ਯਕੀਨ ਕਰੋ ਇਹ ਕਿਤੇ ਕਿਤੇ ਮੇਲਿਆਂ ਤੇ ਪੁਲਸ ਮੁਹੱਬਤ ਕਰਦੀ ਆ ਨਹੀਂ ਤੇ ਰਾਹ 'ਚ ਜਾਂਦੇ ਆ ਸਾਡੇ ਕੋਲੋਂ ਲੈਂਦੇ ਆ ਤਾੜੇ ਮਾਰੋ ਇਕਰਾ ਪੰਜਾਬ ਪੁਲਿਸ ਵਾਸਤੇ ਲਓ ਸਦਕੇ ਇੱਧਰ ਵੀ ਨੌਜਵਾਨਾਂ ਫੜ ਲਾ ਸਦਕੇ ਪੁੱਤਰ ਸਟੇਜ ਦੇ ਉੱਤੋਂ ਇਨਾਮ ਦਿੱਤਾ ਜਾਣਾ ਆ
ਵੇਖੋ ਸਾਧੂ ਵਾਲੀ ਜੱਫੀ ਪਾ ਕੇ ਨੌਜਵਾਨ ਨੇ ਬਿਠਾਇਆ ਕੋਲ, ਕਹਿੰਦਾ ਬਹਿ ਜਾ ਮੇਰੇ ਕੋਲ ਤੈਨੂੰ ਤੱਕਦਾ ਰਵਾਂ, ਕਦਰ ਸੋਹਣਿਆਂ ਦਾ ਤੇ ਨਾ ਹੈ ਕੁਝਿਆਂ ਦਾ। ਸਟੇਜ ਤੇ ਆ ਦੌੜ ਕੇ ਪੁੱਤਰ, ਕਦਰ ਸੋਹਣਿਆਂ ਦਾ ਤੇ ਨਾ ਹੈ ਕੁਝਿਆਂ ਦਾ, ਕਦਰ ਹੈ ਤੇ ਭਰੇ ਹੋਏ ਕੁਝਿਆਂ ਦਾ, ਨਾ ਤੂੰ ਆਇਓ ਤੇ ਨਾ ਸਾਡੀ ਈਦ ਹੋਈ, ਕੀ ਫਾਇਦਾ ਹੋਇਆ ਰੱਖੇ ਹੋਏ ਰੋਜਿਆਂ ਦਾ। ਸੜਕੇ ਜਾਵਾਂ ਅਗਲੀ ਕਬੱਡੀ ਦੇ ਉੱਤੇ ਨੌਜਵਾਨ ਇਸ ਵੇਲੇ ਜਾਫੀ ਨਿਕਲ ਕੇ ਪੂਰੇ ਤੱਫੇ ਮਾਰਦਾ, ਆਹ ਪੂਰਾ ਨਜ਼ਾਰਾ ਤੱਕਦੇ ਹੋਏ ਸਾਡੇ ਖੇਡ ਪ੍ਰੇਮੀ ਵਸੀਮ ਭੱਟੀ ਮੇਰੇ ਵੀਰੋ ਇਸ ਵੇਲੇ ਤਕੜਾ ਪੁਆਇੰਟ ਦਾ ਵਾਧਾ ਕਰਦਾ ਹੋਇਆ ਇਸ ਵੇਲੇ ਅੰਕੜਾ ਜੋੜਿਆ ਨੌਜਵਾਨ ਨੇ। ਲਓ ਅਗਲੀ ਕਬੱਡੀ ਦਿੱਤੇ ਮੌਲਵੀ ਸਾਹਿਬ ਜੁੜ ਗਏ ਨੇ ਸਦਕੇ, ਇੱਲੱਲਾ ਪੀ ਇੱਲੱਲਾ, ਇੱਲੱਲਾ ਪੀ ਇੱਲੱਲਾ, ਨਾਰਾਏ ਤਕਬੀਰ ਸਦਕੇ ਜਵਾਨਾਂ ਸਦਕੇ। ਆਇਓ ਮੌਲਵੀ ਸਾਹਿਬ ਲੱਤ ਜਿਹੜਾ ਪਕੜ ਮਜ਼ਬੂਤ ਕਰੋ। ਹਾਂਜੀ ਫਿਰ ਨੋਟ ਦਿੱਤੇ ਜਾਣੇ ਆ। ਲਓ ਸਾਡੇ ਸਟੇਜ ਦੇ ਉੱਤੇ ਇਸ ਵੇਲੇ ਜਨਾਬ ਪੀਰ ਸੈਯਦ ਕਾਜ਼ਮ ਅਲੀ ਸ਼ਾਹ ਸਾਹਿਬ ਔਰ ਜਨਾਬ ਸਾਡੇ ਵੀਰ ਇਸ ਵੇਲੇ ਸੈਯਦ ਮੁਮਤਾਜ਼ ਅਲੀ ਹੁਸੈਨ ਸਾਹਿਬ ਉਹ ਵੀ ਬੈਠੇ ਜਨਾਬ, ਉਹਨਾਂ ਦਾ ਵੀ ਇਸ ਵੇਲੇ ਇਨਸ਼ਾਅੱਲਾ ਵੱਡੇ ਇਨਾਮਾਤ ਆ। ਔਰ ਜਿੰਨੇ ਵੀ ਸਾਡੇ ਮਹਿਮਾਨ ਟੀਮ ਵੱਡੇ ਨੋਟਾਂ ਦੇ ਨਾਲ ਬਰਸਾਤ ਕਰ ਰਹੀ ਹੈ ਹਰ ਪਲੇਅਰ ਦੀ। ਲਓ ਇਸ ਵੇਲੇ ਸਜਾਵਟ ਪੁਆਇੰਟ ਦਾ ਵਾਧਾ ਕਰਦਾ ਹੋਇਆ ਇੱਕ ਟੂਰਨਾਮੈਂਟ ਇਹਨਾਂ ਨੂੰ ਚਾਹੀਦਾ ਪੈਸੇ, ਇੱਕ ਟੂਰਨਾਮੈਂਟ ਚੱਕ 145 ਦੇ ਵਿੱਚ ਇਨਸ਼ਾਅੱਲਾ 27-28 ਤਰੀਕ ਨੂੰ ਸਾਡੇ ਵੀਰ ਕਾਸ਼ਾ ਗੁੱਜਰ ਸਾਹਿਬ ਹੁਣੇ ਕਰਵਾ ਰਹੇ ਆ। ਉਸ ਤੋਂ ਬਾਅਦ ਜਨਾਬ 27-28-29 ਤਰੀਕ ਨੂੰ 463 ਦੇ ਵਿੱਚ ਚਾਰ ਓਪਨ ਕਲੱਬਾਂ ਦਾ ਇੱਕ ਕਬੱਡੀ ਟੂਰਨਾਮੈਂਟ ਹੋ ਰਿਹਾ ਵੱਡਾ। ਔਰ ਫਿਰ 31-2 ਤਰੀਕ ਬੰਡਾਲੇ ਚੱਕ ਦੇ ਵਿੱਚ ਜਨਾਬ ਵਿਲੇ ਸਿਸਟਮ ਦੋ ਪਲੇਅਰ ਓਪਨ, ਜਿਹਦਾ ਫਸਟ ਇਨਾਮ 40,000, ਦੂਸਰਾ ਇਨਾਮ 30,000 ਰੁਪਈਆ। ਔਰ ਉਸ ਤੋਂ ਇਲਾਵਾ ਫਿਰ ਇਨਸ਼ਾਅੱਲਾ 343 ਸਾਹਿਬ ਚੱਕ ਨਵਾਂ ਲਾਹੌਰ, ਔਰ ਉਸ ਤੋਂ ਇਲਾਵਾ ਫਿਰ ਜਨਾਬ ਜਿਹੜਾ 7-8-9 ਤਰੀਕ ਹੈ ਚੌਥ ਚੱਕ ਸਰਦਾਰ ਬਾਈਪਾਸ ਦੇ ਉੱਤੇ ਇੱਕ ਕਬੱਡੀ ਦੀ ਜਿਹੜੇ ਟੂਰਨਾਮੈਂਟ ਹੋ ਰਹੇ ਆ। ਲਓ ਦੂਜੀ ਟੀਮ ਵੀ ਮੈਦਾਨ ਦੇ ਵਿੱਚ ਆ ਗਈ ਆ। ਸਦਕੇ ਜਾਵਾਂ ਸਾਡੇ ਜਨਾਬ ਚੌਰੀ ਗੁਲਾਮ ਮੁਰਤਜ਼ਾ ਜੱਟ ਸਾਹਿਬ ਔਰ ਜਨਾਬ ਸੈਯਦ ਮੁਮਤਾਜ਼ ਹੁਸੈਨ ਸ਼ਮਸੀ ਸਾਹਿਬ, ਪੰਜਾਬ ਪੁਲਿਸ ਵਾਲੇ ਪੂਰਾ ਨਜ਼ਾਰਾ ਤੱਕ ਰਹੇ ਨੇ ਇਸ ਵੇਲੇ, ਔਰ ਜਨਾਬ ਸੈਯਦ ਨਸੀਰਉਦੀਨ ਸ਼ਾਹ ਸਾਹਿਬ ਇਨਸ਼ਾਅੱਲਾ ਵੀ ਸਾਡੇ ਸਟੇਜ ਤੇ ਤਸ਼ਰੀਫ ਫਰਮਾ ਨੇ, ਔਰ ਉਹਨਾਂ ਦੇ ਨਾਲ ਨਾਲ ਸੈਯਦ ਨਜਮਲ ਹਸਨ ਸ਼ਾਹ ਸਾਹਿਬ ਔਰ ਸੈਯਦ ਅਤਰ ਅਲੀ ਸ਼ਾਹ ਸਾਹਿਬ, ਸੈਯਦ ਅਲਤਾਫ ਹੁਸੈਨ ਸ਼ਾਹ ਸਾਹਿਬ, ਸੈਯਦ ਇਬਨੇ ਹਸਨ ਸ਼ਾਹ ਸਾਹਿਬ, ਮੈਂ ਇੰਤਹਾਈ ਮਸ਼ਕੂਰ ਹਾਂ ਇਸ ਵੇਲੇ ਆਪਣੇ ਸੈਯਦ ਬਰਾਦਰਾਂ ਔਰ ਸੈਯਦ ਬਰਾਦਰਾਂ ਦੇ ਵਿੱਚ ਇਜ਼ਾਫਾ ਹੋਇਆ। ਸੈਯਦ ਆਸਫ ਅਲੀ ਫਰਿਆਦ ਸ਼ਾਹ ਵੀ ਪਹੁੰਚੇ ਆ, ਵੈਲਕਮ ਜਨਾਬ ਖੁਸ਼ ਆਮਦੀਦ। ਲਓ ਅਗਲੀ ਕਬੱਡੀ ਇਸ ਵੇਲੇ ਛੱਡਦੇ ਯਾਰ, ਕਿਹੜਾ ਵੈਰ ਆ ਤੇਰਾ ਇਹਦੇ ਨਾਲ, ਮਿਹਰਬਾਨੀ ਥੋੜੇ ਜਿਹੇ ਬੰਦੇ ਘੜੋ ਗਰਾਊਂਡ 'ਚ, ਜਿਹਨਾਂ ਨੇ ਕਬੱਡੀ ਨਹੀਂ ਖੇਡਣੀ ਸਾਈਡ ਤੇ ਹੋਵੋ, ਜਿਹਨਾਂ ਨੇ ਕਬੱਡੀ ਨਹੀਂ ਖੇਡਣੀ ਸਾਈਡ ਤੇ ਹੋਵੋ। ਦੂਜੀ ਟੀਮ ਵੀ ਆ ਗਈ ਆ, ਇਹ ਕਲਮਾ ਬੋਕ ਮੁਸਲਮਾਨਾ ਤਾੜੇ ਮਾਰੋ, ਇਹ ਟੀਮਾਂ ਵਾਸਤੇ ਤਾੜੀ ਮਾਰ ਦਿਓ, ਟੀਮਾਂ ਵਾਸਤੇ ਕਰਜ਼ੇ ਤੁਹਾਡੇ ਰੱਬ ਨੇ ਲਾਉਣੇ ਆ, ਤਾੜੀ ਦੇ ਮਾਰੋ, ਉਹ ਤਾੜੀ ਮਾਰੋ, ਪਲੇਅਰਾਂ ਦੇ ਤਾੜੇ ਮਾਰ ਕੇ ਹੌਸਲਾ ਅਫਜ਼ਾਈ ਕਰਿਆ ਕਰੋ, ਇਹਨਾਂ ਦੇ ਜਨਾਬ ਹੌਸਲੇ ਬੁਲੰਦ ਕਰਿਆ ਕਰੋ। ਜੀ ਸਾਡੇ ਜਨਾਬ ਸੈਯਦ ਇਮਰਾਨ ਸ਼ਾਹ ਸਾਹਿਬ, ਸੈਯਦ ਅਜ਼ਮਤ ਸ਼ਾਹ ਸਾਹਿਬ, ਵੈਲਕਮ ਜਨਾਬ, ਵਾਸਤੇ ਟੀਮਾਂ ਮੈਦਾਨ ਦੇ ਵਿੱਚ ਆ ਗਈਆਂ। ਉਹ ਮਿਹਰਬਾਨੀ ਹੈ ਯਾਰ, ਥੋੜੇ ਜਿਹੇ ਬੰਦੇ ਇੱਧਰ ਸਾਈਡ ਤੇ ਹੋ ਕੇ ਬਹਿ ਜਾਓ, ਮੌਲਾਨਾ ਸਾਹਿਬ ਬਿਠਾਓ ਇਹਨਾਂ ਨੂੰ, ਹਜ਼ਰਤ ਸਾਹਿਬ ਇਹਨਾਂ ਨੂੰ ਬਿਠਾਓ ਯਾਰਾ, ਸੜਕ ਤੋਂ ਵੀ ਜਿਹੜੇ ਮੋਟਰਸਾਈਕਲ ਰਕਸ਼ੇ ਵਗੈਰਾ ਜਿਹੜੀ ਹੈ ਇਹ ਸਾਈਡ ਤੇ ਕਰੋ, ਗੱਡੀਆਂ ਲੰਘਣ ਦਿਓ, ਆਹ ਸੜਕ ਨੂੰ ਬਲਾਕ ਨਾ ਕਰੋ, ਮਿਹਰਬਾਨੀ ਆ ਸੜਕ ਜਿਹੜਾ ਸੜਕ ਕਲੀਅਰ ਕਰ ਦਿਓ। ਆ ਟੀਮਾਂ ਵਾਲਿਆ ਕੰਡੇ ਤੇ ਆਓ, ਕੰਡੇ ਤੇ ਆਓ, ਦੋਨੇ ਟੀਮਾਂ ਕੰਡੇ ਤੇ ਆ ਕੇ ਵਜ਼ਨ ਕਰਵਾਓ, ਕੋਂਗੜੀ ਸਾਹਿਬ ਕੰਡੇ ਤੇ ਪਹੁੰਚੋ, ਦੂਜੀ ਟੀਮ ਵੀ ਆ ਜਾਏ ਮਿਹਰਬਾਨੀ ਕਰੇ। ਲਓ ਉੱਧਰ ਵੀ ਇੱਕ ਵਾਰੀ ਫਿਰ ਫੁੱਟ ਫੜਿਆ ਮੁੰਡੇ ਨੇ, ਕਹਿੰਦਾ ਛੱਡ ਦੇ ਅੜਿਆ ਮੇਰੀ ਬਾਂਹ, ਮੈਨੂੰ ਮੇਰੀ ਮਾਂ, ਪਰ ਉਧਰ ਨੌਜਵਾਨ ਨੇ ਤਗੜਾ ਜਫਾ ਮਾਰਿਆ, ਪੁਆਇੰਟ ਇਸ ਵੇਲੇ ਮੇਰੇ ਵੀਰੇ ਸਟਾਪਰ ਦੇ ਖਾਤੇ ਜੁੜਿਆ। ਇਹ ਬਹੁਤ ਹੀ ਤਗੜਾ ਮੁਕਾਬਲਾ ਹੁੰਦਾ ਹੋਇਆ, ਪਹਿਲਾ 31 ਚੱਕ 216 ਦੇ ਦਰਮਿਆਨ। ਲਓ ਅਗਲੀ ਕਬੱਡੀ ਦੇ ਉੱਤੇ ਸਜਾਵਲ ਮੇਰੇ ਵੀਰਿਓ ਮਤਾਂ ਦੇ ਵਿੱਚ ਲੁੱਡੀਆਂ ਪਾਪਾ ਕਬੱਡੀ ਪਾਉਂਦਾ, ਕਿਤੇ ਨੌਜਵਾਨ ਖੱਬੇ ਕੰਨੀ ਕਦੇ ਸੱਜੇ। ਲਓ ਨੌਜਵਾਨ ਜਾਫੀ ਕਹਿੰਦੇ ਚੜ ਗਿਆ ਦਾਣਾ ਪਾਣੀ ਲੈ ਕੇ ਮਗਰ, ਨਹੀਂ ਰੀਸਾ ਪੁੱਤਰਾ ਆਖਰੀ ਪਲਾਂ ਵਿੱਚ ਨਹੀਂ ਲੱਗਾ ਪਤਾ ਘਾਟੇ ਵਾਧੇ ਦਾ, ਹੰਝੇ ਹੋ
ਲੈ ਦੇ ਚਾਬੀ ਦਿਲਾਂ ਦੇ ਜਾਨੀ ਲੈ ਦੇ ਪੁਆਇੰਟ ਜਿਹੜਾ ਇਹ ਜਾਫੀ ਦੇ ਖਾਤੇ ਜੁੜਿਆ ਕਿ ਮੈਨੂੰ ਲੱਗਦਾ ਫਸ ਗਏ ਜਾਨ ਛਕੰਜੇ ਅੰਦਰ ਯੂ ਮਿਲਣੇ ਵਿੱਚ ਕੰਨਾ ਰਾਮ ਮੋਹਨ ਰਾਮ ਮੁਹੰਮਦ ਅੰਦਰ ਤੇ ਫਿਰ ਮੈਂ ਤੈਨੂੰ ਮੰਨਾ ਲਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਵਸੀਮ ਭੱਟੀ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਕੱਦ ਭਾਵੇਂ ਛੋਟਾ ਲੇਕਿਨ ਜਿਗਰਾ ਬਹੁਤ ਵੱਡਾ ਮੁੰਡੇ ਦਾ ਇਸ ਲਈ ਮੈਦਾਨ ਦੇ ਵਿੱਚ ਕੰਨੀ ਵਾਲੇ ਨਾਲ ਟੱਕਰ ਹੋ ਗਈ ਲਓ ਵੇਖਦੇ ਆ ਮੁਕਾਬਲਾ ਜਾਰੀ ਆ ਕਸ਼ਮਕਸ਼ ਇਸ ਵੇਲੇ ਮੈਦਾਨ ਦੇ ਵਿੱਚ ਚੱਲਦੀ ਪਈ ਆ 30 ਸਕਿੰਟ ਦਾ ਸਮਾਂ ਤੇ ਟਿਕ ਕਰਕੇ ਸਮਾਂ ਸਮਾਪਤ ਕਰ ਗਿਆ ਇਹ ਪੁਆਇੰਟ ਹਾਂਜੀ ਸਾਡੇ ਬਾਬੇ ਸ਼ਾਕੂ ਸਾਹਿਬ ਹੋਣਾਂ ਦਾ ਇਸ਼ਾਰਾ ਦੇਖਣਾ ਹੋਏਗਾ ਹਾਂਜੀ ਰੂਫਾ ਟੋਗਰ ਜਿਹੜਾ ਪਲੇਅਰ ਹੈ ਕਬੱਡੀ ਦਾ ਆਪਣਾ 1000 ਰੁਪਈਆ ਆ ਗਏ ਸੈਯਦ ਕਾਜ਼ਮ ਅਲੀ ਸ਼ਾਹ ਸਾਹਿਬ ਉਹਨਾਂ ਵੱਲੋਂ ਆ ਕੇ ਆਪਣਾ 1000 ਰੁਪਈਆ ਵਸੂਲ ਕਰੇ ਹਾਂਜੀ ਰੂਫਾ ਕਾਜ਼ਮ ਅਲੀ ਸ਼ਾਹ ਸਾਹਿਬ ਇਹ ਨੌਜਵਾਨ ਕਬੱਡੀ ਦਾ ਸਟਾਰ ਤੁਹਾਡੇ ਕੋਲ ਪਹੁੰਚਿਆ ਇਸ ਵੇਲੇ 1000 ਰੁਪਈਏ ਦਾ ਕੁਵਾਰਾ ਨੋਟ ਜਨਾਬ ਸਾਡੇ ਪੀਰ ਸੈਯਦ ਕਾਜ਼ਮ ਅਲੀ ਸ਼ਾਹ ਸਾਹਿਬ ਉਹਨਾਂ ਨੇ ਦਿੱਤਾ ਜਿਹਨਾਂ ਨੂੰ ਜਨਾਬ ਸਾਡੇ ਪੀਰਾਂ ਦੇ ਹੱਥ ਲੱਗੇ ਆ ਜਾਂਚ ਫਿਰ ਇਹਨਾਂ ਪਲੇਅਰਾਂ ਦੇ ਲੱਗਣ ਡਏ ਆ ਅੱਲਾ ਖੈਰ ਕਰੇ ਇਨਸ਼ਾਅੱਲਾ ਕੱਲ 70 ਮੋਟਰਸਾਈਕਲ ਦੇ ਨਾਲ ਫਸਟ ਪ੍ਰਾਈਜ਼ ਦਿੱਤਾ ਜਾਣਾ ਔਰ ਸੈਕਿੰਡ ਪ੍ਰਾਈਜ਼ ਵਾਸਤੇ ਵੀ ਮੇਰੇ ਵੀਰੋ ਨੈਟ ਕੈਸ਼ ਜਿਹੜਾ ਦਿੱਤਾ ਜਾਏਗਾ ਲਓ ਅਗਲੀ ਕਬੱਡੀ ਇਸ ਵੇਲੇ ਮੁੰਡੇ ਦੀ ਪਈ ਆ ਖੇਡ ਮੈਦਾਨ ਦੇ ਵਿੱਚ ਨਈ ਰਿਸ਼ਤ ਦੇ ਰਿਹਾ ਜਵਾਨਾ ਸਾਡੇ ਖਾਲਾ ਬਦਲ ਜੀ ਇਸ਼ਾਰਾ ਕਰਕੇ ਦੱਸਣਗੇ ਪੁਆਇੰਟ ਜਾਫੀ ਦੇ ਖਾਤੇ ਜੁੜਦਾ ਹੋਇਆ ਲਓ ਅਗਲੀ ਕਬੱਡੀ ਸੱਜਾਵਲ ਦੀ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਪਈ ਆ ਨੌਜਵਾਨ ਦਾ ਰੰਗ ਮੁਸ਼ਕੀ ਆ ਵੇਖਦੇ ਆ ਕਿਹਦਾ ਟੱਕਰ ਕਰਦਾ ਕਿ ਅਹਿਮਦ ਨੌਕਰੀ ਬੰਦ ਨਸੀਹਤ ਤੇ ਮੂਰਖ ਨੌਕਰੀ ਪਾਲਾ ਉਹ ਕਾਲੇ ਰੰਗ ਨੂੰ ਭਾਵੇਂ 20 ਮਣ ਸਾਬਣ ਲਾ ਲਾ ਅੰਤ ਕਾਲੇ ਦਾ ਕਾਲਾ ਅੰਤ ਕਾਲੇ ਦਾ ਕਾਲਾ ਸੱਜਾਵਲ ਇਸ ਵੇਲੇ ਮੇਰੇ ਵੀਰੋ ਬਹੁਤ ਹੀ ਸੋਹਣੇ ਸਰੀਰ ਦਾ ਮਾਲਕ ਅੰਕੜੇ ਦਾ ਵਾਧਾ ਕਰਦਾ ਚੱਲ ਵੀ ਜਵਾਨਾ ਪਾ ਕਬੱਡੀ ਚਾਰੇ ਜਾਫੀਆਂ ਦੇ ਵਿੱਚੋਂ 2 ਨੰਬਰ ਦਾ ਨਿਕਲਿਆ ਹਾਂਜੀ ਪੀਰ ਸੈਯਦ ਕਾਜ਼ਮ ਅਲੀ ਸ਼ਾਹ ਸਾਹਿਬ ਇਹ 2 ਨੰਬਰ ਦਾ ਮੁੰਡਾ ਲੱਗਾ ਪਰ ਸਿਆਣੇ ਕਹਿੰਦੇ ਆ 2 ਨੰਬਰ ਦਾ ਧੰਦਾ ਵੀ ਮਾੜਾ ਤੇ 2 ਨੰਬਰ ਦਾ ਬੰਦਾ ਵੀ ਮਾੜਾ ਹੁੰਦਾ ਲੇਕਿਨ ਇਹ ਪੁਆਇੰਟ ਜਿਹੜਾ ਰੇਡਰ ਦੇ ਕਦਮ ਚੁੰਮਦਾ ਹੋਇਆ ਅਗਲੀ ਕਬੱਡੀ ਇਹ ਨੌਜਵਾਨ ਪਾਉਂਦਾ ਵਸੀਮ ਭੱਟੀ ਭੱਟੀਆਂ ਦਾ ਮੁੰਡਾ ਇਸ ਵੇਲੇ ਮੇਰੇ ਵੀਰੋ ਮੈਦਾਨ ਵਿੱਚ ਪੱਕਰੇ ਬਲਾਉਂਦਾ ਆਹ ਵੇਖੋ ਹਲਕਾ ਟੱਚ ਮਾਰ ਕੇ ਤਾਰੇ ਗੁਜਰਦਾ ਸ਼ਗਿਰਦ ਮੇਰੇ ਵੀਰੋ ਉਂਗਲੀ ਖੜੀ ਕਰਕੇ ਦੱਸਦਾ ਕਿ ਪੁਆਇੰਟ ਮੇਰਾ ਆ ਚੱਲ ਵੀ ਸੋਹਣਿਆ ਪਾ ਕਬੱਡੀ ਇਹ ਸਾਡੇ ਮੇਰੇ ਵੀਰੋ ਇਸ ਵੇਲੇ ਜਿੰਨੇ ਵੀ ਸੈਯਦ ਬਰਾਦਰਾਂ ਸਾਡੇ ਪੀਰ ਸਾਹਿਬਾਨ ਬੈਠੇ ਨੇ ਇਹਨਾਂ ਨੇ ਇਨਸ਼ਾਅੱਲਾ ਜੀ ਕਬੱਡੀ ਦਾ ਮੁੱਲ ਪਾ ਦਿੱਤਾ ਲਓ ਜੀ ਉੱਧਰ ਵੀ ਢਾਲਿਆ ਮੁੰਡੇ ਨੇ ਕਹਿੰਦੇ ਜਿਵੇਂ ਕੱਟੇ ਨੂੰ ਕਹਿੰਦੇ ਡਾਕਟਰ ਢਾਉਂਦਾ ਮਲਾਪਾ ਦੀ ਦਵਾਈ ਦੇਣ ਵਾਸਤੇ ਲਓ ਸਵਾਦ ਆਇਆ ਤੇ ਇੱਕ ਵਾਰ ਤਾੜੀ ਮਾਰ ਦਿਓ ਮੇਰੇ ਵੀਰੋ ਲਓ ਅਗਲੀ ਕਬੱਡੀ ਮੁੰਡਾ ਖੇਡ ਮੈਦਾਨ ਦੇ ਵਿੱਚ ਵੇਖਦੇ ਆ ਕਿਹੜਾ ਤਿਆਰੀ ਕਰਕੇ ਜਾਂਦਾ ਚੱਲ ਵੀ ਸੋਹਣਿਆ ਸੱਜਾਵਲ ਇੱਕ ਵਾਰੀ ਫੇਰ ਧਾਵਾ ਬੋਲਦਾ ਖੇਡ ਮੈਦਾਨ ਦੇ ਵਿੱਚ ਸਬਰ ਸਿਦਕ ਤੋਂ ਟੋਲੀ ਨਾ ਪੁੱਤ ਪੰਜਾਬ ਦੇ ਆ ਉਹ ਘਰ ਘਰ ਜਾਵੇ ਮਹਿਕ ਤੇਰੀ ਫੁੱਲ ਗੁਲਾਬ ਦੇ ਆ ਮੱਥੇ ਮਿੱਟੀ ਚੁੰਮ ਲਾਉਣਗੇ ਤੇਰੀਆਂ ਰਾਵਾਂ ਦੀ ਪੁੱਤ ਬਹਾਦਰ ਇੱਜ਼ਤ ਰੱਖ ਜਾਂਦੇ ਧਰਤੀ ਮਾਵਾਂ ਦੀ ਹਾਂਜੀ ਉਹਨੇ ਆਖਿਆ ਨੋ ਟੱਚ ਮੀ ਆਈ ਹਿੱਟ ਯੂ ਮੁਝੇ ਜਾਣੇ ਦੋ ਲਓ ਜੀ ਪੁਆਇੰਟ ਰੇਡਰ ਦਾ ਬਾਬਾ ਸ਼ਾਕੂ ਜੀ ਹਾਂਜੀ ਪੁਆਇੰਟ ਜਾਫੀ ਦਾ ਜੀ ਪੁਆਇੰਟ ਜਾਫੀ ਅਗਲੀ ਕਬੱਡੀ ਪਾਉਣ ਵਾਸਤੇ ਲਓ ਮੁੰਡਾ ਮੁਸ਼ਕਿਲ ਉਹ ਛੋਟੇ ਪੁੱਤਰ ਬਾਹਰ ਸਾਇਡ ਦੇ ਲਓ ਅਗਲੀ ਕਬੱਡੀ ਪਾਉਣ ਵਾਸਤੇ ਨੌਜਵਾਨ ਮੁੱਛ ਫੁੱਟ ਗੱਭਰੂ ਇਸ ਵੇਲੇ ਧੌਣ ਲੱਗ ਗਈ ਆ ਪੁੱਤਰਾ ਧੌਣ ਸਦਕੇ ਪੁਆਇੰਟ ਰੇਡਰ ਦਾ ਇੱਧਰ ਸਟੇਜ ਤੇ ਆ ਇੱਕ ਵਾਰੀ ਫਿਰ 100 ਰੁਪਈਆ ਇਨਾਮ ਵਸੂਲ ਕਰ ਸਾਡੇ ਜਨਾਬ ਪੀਰਾਂ ਵੱਲੋਂ ਇਨਸ਼ਾਅੱਲਾ ਇਨਾਮਾਤ ਦਿੱਤੇ ਜਾ ਰਹੇ ਆ ਜਿਹਦਾ ਕਬੱਡੀ ਦਾ ਪਿਆਰ ਆ ਜਿਹੜਾ ਵੀ ਇਨਸ਼ਾਅੱਲਾ ਇਸ ਵੇਲੇ ਜਨਾਬ ਸੈਯਦ ਬਰਾਦਰਾਂ ਦੇ ਚਾਹੁਣ ਵਾਲੇ ਆ ਅਕੀਦਤ ਮੰਨਦਾ ਔਰ ਕਬੱਡੀ ਨੂੰ ਚਾਹੁਣ ਵਾਲੇ ਆ ਉਹਨਾਂ ਕਸਮ ਲੱਗੇ ਜੇ ਤੁਸੀਂ ਤਾੜੀ ਨਾ ਮਾਰ ਕੇ ਮੈਦਾਨ ਨੂੰ ਗਰਮ ਕਰੋ ਤਾੜੀ ਮਾਰੋ ਤਾੜੀ ਜਿੰਨੇ ਵੀ ਪੰਜਾਬੀ ਆ ਤਾੜੀ ਮਾਰ ਕੇ ਆਪਣਾ ਪੰਜਾਬੀ ਹੋਣ ਦਾ ਸਬੂਤ ਦਿਆ ਕਰੋ ਲਓ ਇਹ ਵੀ ਬਣ ਗਿਆ ਬਾਬਾ ਜੀ 213 ਗਾਵੇ ਸਮੁੰਦਰੀ ਔਰ ਚੱਕ ਨੰਬਰ 388 ਗਾਵੇ ਸਮੁੰਦਰੀ।